ਓਮ ਸ਼ਾਂਤੀ। ਅੱਜ 24/12/2023 ਦੀ ਬਾਣੀ ਹੈ ਅਵਿਅਕਤ ਬਾਪ ਦਾਦਾ ਦਾ ਰਿਵਾਈਜ਼ ਕੋਰਸ। ਰਿਵਾਈਜ਼ ਕੋਰਸ ਕੀ ਤਾਰੀਖ 3/4/1997। ਅੱਜ ਬਾਪ ਦਾਦਾ ਨੇ ਹਮ ਆਤਮਾ ਕੋ ਟਾਈਟਲ ਦਿਆ। ਪੁਰਾਣੇ ਸੰਸਕਾਰਾਂ ਨੂੰ ਖਤਮ ਕਰ, ਆਪਣੇ ਖੁਦ ਦੇ ਸੰਸਕਾਰ ਧਾਰਨ ਕਰਨੇ ਵਾਲੇ ਐਵਰ ਰੈਡੀ ਬਣੋ। ਪੁਰਾਣੇ ਸੰਸਕਾਰਾਂ ਨੂੰ ਖਤਮ ਕਰ, ਆਪਣੇ ਖੁਦ ਦੇ ਸੰਸਕਾਰ ਧਾਰਨ ਕਰਨ ਵਾਲੇ ਐਵਰ ਰੈਡੀ ਬਣੋ। ਅੱਜ ਬਾਪ ਦਾਦਾ ਦੋਨੋਂ ਆਖਦੇ ਨੇ। ਅੱਜ ਬਾਪ ਦਾਦਾ ਆਪਣੇ ਚਾਰੋਂ ਪਾਸੇ ਤੋਂ ਵਿਸ਼ਵ ਦੇ ਬਾਪ ਦੇ ਲਵ ਵਿੱਚ ਲਵਲੀਨ ਅਤੇ ਲੱਕੀ ਬੱਚਿਆਂ ਨੂੰ ਵੇਖ ਰਹੇ ਹੈ। ਹਰ ਇੱਕ ਬੱਚੇ ਦੇ ਭਾਗ ਦੇ ਬਾਪ ਨੂੰ ਵੀ ਨਾਜ ਹੈ ਕਿ ਮੇਰੇ ਬੱਚੇ ਵਰਤਮਾਨ ਸਮੇਂ ਇਤਨੇ ਮਹਾਨ ਹੈ ਜੋ ਸਾਰੇ ਕਲਪ ਵਿੱਚ ਭਾਵੇਂ ਦੇਵਤਾ ਸਵਰੂਪ ਵਿੱਚ, ਭਾਵੇਂ ਧਰਮ ਨੇਤਾਵਾਂ ਦੇ ਰੂਪ ਵਿੱਚ, ਭਾਵੇਂ ਮਹਾਤਮਾਵਾਂ ਦੇ ਰੂਪ ਵਿੱਚ, ਭਾਵੇਂ ਪਦਮਪਤੀ ਆਤਮਾਵਾਂ ਦੇ ਰੂਪ ਵਿੱਚ, ਕਿਸੇ ਦਾ ਵੀ ਇਤਨਾ ਭਾਗਯ ਨਹੀਂ ਹੈ ਜਿੰਨਾ ਤੁਸੀਂ ਬ੍ਰਾਹਮਣਾਂ ਦਾ ਭਾਗਯ ਹੈ। ਤਾਂ ਆਪਣੇ ਸ੍ਰੇਸ਼ਟ ਭਾਗਯ ਨੂੰ ਸਦਾ ਸਮ੍ਰਿਤੀ ਵਿੱਚ ਰੱਖਦੇ ਹੋ। ਸਦਾ ਇਹ ਅਨਹਦ ਗੀਤ ਮਨ ਵਿੱਚ ਗਾਉਂਦੇ ਰਹਿੰਦੇ ਹੋ ਕਿ ਵਾਹ ਭਾਗਯ ਵਿਦਾਤਾ ਬਾਪ, ਅਤੇ ਵਾਹ ਮੇਰਾ ਸ੍ਰੇਸ਼ਟ ਆਤਮਾ ਦਾ ਭਾਗਯ। ਇਹ ਭਾਗ ਤਾਂ ਗੀਤ ਸਦਾ ਆਟੋਮੈਟਿਕਲ ਵੱਜਦਾ ਰਹਿੰਦਾ ਹੈ। ਬਾਪ ਬੱਚਿਆਂ ਨੂੰ ਵੇਖ ਵੇਖ ਸਦਾ ਹਰਸ਼ਿਤ ਹੁੰਦੇ ਹੈ, ਬੱਚੇ ਵੀ ਹਰਸ਼ਿਤ ਹੁੰਦੇ ਹੈ। ਲੇਕਿਨ ਕਦੇ ਕਦੇ ਵਿੱਚੋਂ ਦੀ ਆਪਣੇ ਭਾਗ ਨੂੰ ਇਮਰਜ ਕਰਨ ਦੀ ਬਜਾਏ ਮਰਜ ਕਰ ਦਿੰਦੇ ਹੈ। ਜਦ ਬਾਪ ਵੇਖਦੇ ਹੈ ਕਿ ਬੱਚਿਆਂ ਦੇ ਅੰਦਰ ਆਪਣੇ ਸੌਭਾਗਿਆ ਦਾ ਨਸ਼ਾ ਨਿਸ਼ਚੈ ਮਰਜ ਹੋ ਜਾਂਦਾ ਹੈ, ਤਾਂ ਕੀ ਕਹਾਂਗੇ, ਡਰਾਮਾ। ਲੇਕਿਨ ਬਾਪ ਦਾਦਾ ਸਾਰੇ ਬੱਚਿਆਂ ਨੂੰ ਸਦਾ ਹੀ ਭਾਗ ਦੇ ਸਮ੍ਰਿਤੀ ਸਰੂਪ ਵੇਖਣਾ ਚਾਹੁੰਦੇ ਹੈ। ਤੁਸੀਂ ਵੀ ਸਾਰੇ ਚਾਹੁੰਦੇ ਇਹੀ ਹੋ, ਪਰ ਇਸ ਵਿੱਚ ਆ ਜਾਂਦਾ ਹੈ ਕਿਸੇ ਨੂੰ ਪਰ ਵਿੱਚ ਆ ਜਾਂਦਾ ਹੈ ਕਿਸੇ ਨੂੰ ਵੀ ਪੁੱਛੋ ਤਾਂ ਸਾਰੇ ਬੱਚੇ ਇਹੀ ਲਕਸ਼ ਰੱਖ ਕੇ ਚੱਲ ਰਹੇ ਹੈ ਕਿ ਮੈਨੂੰ ਬਾਪ ਸਮਾਨ ਬਣਨਾ ਹੀ ਹੈ। ਲਕਸ਼ ਬਹੁਤ ਚੰਗਾ ਹੈ। ਜਦ ਲਕਸ਼ ਬਹੁਤ ਸ੍ਰੇਸ਼ਟ ਹੈ, ਬਹੁਤ ਚੰਗਾ ਹੈ, ਫਿਰ ਕਦੇ ਇਮਰਜ ਰੂਪ, ਕਦੇ ਮਰਜ ਰੂਪ ਕਿਉਂ? ਕਾਰਨ ਕੀ? ਬਾਪ ਦਾਦਾ ਨਾਲ ਇੰਨੇ ਚੰਗੇ ਚੰਗੇ ਵਾਅਦੇ ਵੀ ਕਰਦੇ ਹੈ, ਰੂਹ ਰਿਹਾਨ ਵੀ ਕਰਦੇ ਹੈ, ਫਿਰ ਵੀ ਲਕਸ਼ ਔਰ ਲਕਸ਼ਣ ਵਿੱਚ ਫਰਕ ਕਿਉਂ? ਤਾਂ ਬਾਪ ਦਾਦਾ ਨੇ ਰਿਜ਼ਲਟ ਵੇਖੀ, ਕੀ ਕਾਰਨ ਕੀ ਹੈ? ਉਵੇਂ ਤਾਂ ਤੁਸੀਂ ਸਭ ਜਾਣਦੇ ਹੋ ਕਿ ਨਵੀਂ ਗੱਲ ਨਹੀਂ ਹੈ, ਫਿਰ ਵੀ ਬਾਪ ਦਾਦਾ ਰਿਵਾਈਜ਼ ਕਰਵਾਉਂਦੇ ਹੈ। ਬਾਪ ਦਾਦਾ ਨੇ ਵੇਖਿਆ ਤਿੰਨ ਗੱਲਾਂ ਹੈ। ਇੱਕ ਹੈ ਸੋਚਣਾ, ਸੰਕਲਪ ਕਰਨਾ, ਦੂਸਰਾ ਹੈ ਬੋਲਣਾ, ਵਰਣਨ ਕਰਨਾ, ਅਤੇ ਤੀਸਰਾ ਹੈ ਕਰਮ ਵਿੱਚ, ਪ੍ਰੈਕਟੀਕਲ ਅਨੁਭਵ ਵਿੱਚ ਅਤੇ ਚੱਲਣ ਵਿੱਚ ਲਿਆਉਣਾ, ਕਰਮ ਵਿੱਚ ਲਿਆਉਣਾ। ਤਾਂ ਤਿੰਨ ਦਾ ਸਮਾਨ ਬੈਲੈਂਸ ਘੱਟ ਹੈ। ਜਦੋਂ ਬੈਲੈਂਸ ਘੱਟ ਹੁੰਦਾ ਹੈ ਤਾਂ ਨਿਸ਼ਚੈ ਅਤੇ ਨਸ਼ਾ ਮਰਜ ਹੋ ਜਾਂਦਾ ਹੈ। ਰਿਜ਼ਲਟ ਵਿੱਚ ਵੇਖਿਆ ਗਿਆ ਕਿ ਸੋਚਣ ਦੀ ਗਤੀ ਬਹੁਤ ਚੰਗੀ ਵੀ ਹੀ ਅਤੇ ਫਾਸਟ ਵੀ ਹੈ, ਬੋਲਣ ਵਿੱਚ ਰਫ਼ਤਾਰ ਅਤੇ ਨਸ਼ਾ ਉਹ ਵੀ 75% ਠੀਕ ਹੈ। ਬੋਲਣ ਵਿੱਚ ਮੈਜਰਿਟੀ ਹੁਸ਼ਿਆਰ ਵੀ ਹੈ, ਲੇਕਿਨ ਪ੍ਰੈਕਟੀਕਲ ਚੱਲਣ ਵਿੱਚ ਲਿਆਉਣ ਵਿੱਚ ਟੋਟਲ ਮਾਰਕਸ ਘੱਟ ਹੈ। ਤਾਂ ਦੋ ਗੱਲਾਂ ਵਿੱਚ ਠੀਕ ਹੈ, ਤੀਜੀ ਗੱਲ ਵਿੱਚ ਬਹੁਤ ਘੱਟ ਹੈ। ਕਾਰਨ, ਜਦ ਸੰਕਲਪ ਵੀ ਚੰਗਾ ਹੈ, ਬੋਲ ਵੀ ਸੁੰਦਰ ਹੈ, ਰੂਪ ਵਿੱਚ ਹੈ, ਫਿਰ ਪ੍ਰੈਕਟੀਕਲ ਵਿੱਚ ਘੱਟ ਕਿਉਂ ਹੁੰਦਾ ਹੈ? ਕਾਰਨ ਕੀ? ਜਾਣਦੇ ਹੋ?
ਹਾਂ ਜਾਂ ਨਾ ਬੋਲੋ, ਜਾਂਦੇ ਬਹੁਤ ਚੰਗਾ ਹੈ। ਜੇਕਰ ਕਿਸੇ ਨੂੰ ਵੀ ਕਹਾਂਗੇ ਇਸ ਟੌਪਿਕ ਤੇ ਭਾਸ਼ਣ ਕਰੋ ਤਾਂ ਕਲਾਸ ਕਰਵਾਓ, ਤਾਂ ਕਿੰਨਾ ਵਧੀਆ ਕਲਾਸ ਕਰਾਉਣਗੇ ਅਤੇ ਬੜੇ ਨਿਸ਼ਚੈ ਨਸ਼ੇ ਫਲਕ ਨਾਲ ਭਾਸ਼ਣ ਵੀ ਕਰਨਗੇ, ਕਲਾਸ ਵੀ ਕਰਵਾਉਣਗੇ, ਕਰਵਾਉਂਦੇ ਹੈ। ਬਾਪ ਦਾਦਾ ਸਭ ਦੇ ਕਲਾਸਿਸ ਸੁਣਦੇ ਹੈ, ਕੀ ਕੀ ਬੋਲਦੇ ਹੈ, ਮੁਸਕਰਾਉਂਦੇ ਰਹਿੰਦੇ ਹੈ। ਵਾਹ ਵਾਹ ਬੱਚੇ ਵਾਹ। ਮੂਲ ਗੱਲ ਹੈ, ਬਾਪ ਦਾਦਾ ਨੇ ਪਹਿਲੇ ਵੀ ਸੁਣਾਇਆ ਹੈ, ਇਹ ਰਿਵਾਈਜ਼ ਕੋਰਸ ਚੱਲ ਰਿਹਾ ਹੈ, ਤਾਂ ਬਾਪ ਕਹਿੰਦੇ ਹੈ ਕਿ ਕਾਰਨ ਇੱਕ ਹੀ ਹੈ, ਜ਼ਿਆਦਾ ਵੀ ਨਹੀਂ ਹੈ, ਇੱਕ ਹੀ ਕਾਰਨ ਹੈ। ਅਤੇ ਬਾਪ ਦਾਦਾ ਸਮਝਦੇ ਹੈ ਕਿ ਕਾਰਨ ਨੂੰ ਨਿਵਾਰਨ ਕਰਨਾ ਮੁਸ਼ਕਿਲ ਵੀ ਨਹੀਂ ਹੈ, ਬਹੁਤ ਸਹਿਜ ਹੈ, ਲੇਕਿਨ ਸਹਿਜ ਨੂੰ ਮੁਸ਼ਕਿਲ ਬਣਾ ਦਿੰਦੇ ਹੈ, ਮੁਸ਼ਕਿਲ ਹੈ ਨਹੀਂ ਬਣਾ ਦਿੰਦੇ ਹੈ। ਕਿਉਂ? ਨਸ਼ਾ ਮਰਜ ਹੋ ਜਾਂਦਾ ਹੈ, ਇੱਕ ਹੀ ਕਾਰਨ ਹੈ। ਜੋ ਵੀ ਧਾਰਨਾ ਦੀਆਂ ਗੱਲਾਂ ਸੁਣਦੇ ਹੋ, ਕਰਦੇ ਵੀ ਹੋ, ਭਾਵੇਂ ਸ਼ਾਂਤੀਆਂ ਸ਼ਕਤੀ ਦੇ ਰੂਪ ਵਿੱਚ, ਭਾਵੇਂ ਗੁਣਾਂ ਦੇ ਰੂਪ ਵਿੱਚ, ਧਾਰਨਾ ਦੀਆਂ ਗੱਲਾਂ ਬਹੁਤ ਚੰਗੀਆਂ, ਬਹੁਤ ਚੰਗਾ ਕਹਿ ਕਰ ਖੂਬ ਤਾਲੀਆਂ ਵਜਾਉਂਦੇ ਹੈ, ਬਹੁਤ ਵਧੀਆ ਕਿਹਾ। ਲੇਕਿਨ ਕਿੰਨੀ ਵਾਰੀ ਲੇਕਿਨ ਕਿੰਨੀ ਵਾਰੀ ਲੇਕਿਨ ਆਇਆ, ਇਹ ਲੇਕਿਨ ਹੀ ਵਿਘਨ ਪਾ ਦਿੰਦਾ ਹੈ। ਲੇਕਿਨ ਸ਼ਬਦ ਖਤਮ ਹੋਣਾ ਮਤਲਬ ਬਾਪ ਸਮਾਨ ਨੇੜੇ ਆਉਣਾ, ਅਤੇ ਬਾਪ ਦੇ ਨੇੜੇ ਆਉਣਾ ਮਤਲਬ ਸਮੇਂ ਨੂੰ ਨੇੜੇ ਲਿਆਉਣਾ। ਪਰ ਹਲੇ ਤੱਕ ਲੇਕਿਨ ਅੱਖਰ ਕਹਿਣਾ ਪੈਂਦਾ ਹੈ। ਬਾਪ ਨੂੰ ਚੰਗਾ ਨਹੀਂ ਲੱਗਦਾ, ਪਰ ਕਹਿਣਾ ਹੀ ਪੈਂਦਾ ਹੈ, ਤਾਂ ਕਾਰਨ ਕਿ ਜੋ ਵੀ ਕਹਿੰਦੇ ਹੋ, ਧਾਰਨਾ ਵੀ ਕਰਦੇ ਹੋ, ਧਾਰਨਾ ਦੇ ਰੂਪ ਨਾਲ ਧਾਰਨ ਕਰਦੇ ਹੋ, ਅਤੇ ਉਹ ਧਾਰਨਾ ਕਿਸੇ ਦੀ ਥੋੜ੍ਹੇ ਸਮੇਂ, ਕਿਸੇ ਦੀ ਜ਼ਿਆਦਾ ਸਮੇਂ ਵੀ ਚਲਦੀ ਹੈ, ਲੇਕਿਨ ਧਾਰਨਾ ਪ੍ਰੈਕਟੀਕਲ ਵਿੱਚ ਸਦਾ ਵੱਧਦੀ ਜਾਵੇ, ਉਸ ਦੇ ਲਈ ਇਹ ਵੀ ਮੁੱਖ ਗੱਲ ਹੈ ਕਿ ਜਿਵੇਂ ਦੁਆਪਰ ਤੋਂ ਲੈ ਕੇ ਅੰਤਿਮ ਜਨਮ ਤੱਕ ਜੋ ਵੀ ਅਵਗੁਣ ਜਾਂ ਕਮਜ਼ੋਰੀਆਂ ਹੈ, ਉਹਨਾਂ ਦੀ ਧਾਰਨਾ ਸੰਸਕਾਰ ਰੂਪ ਵਿੱਚ ਬਣ ਗਈਆਂ ਹੈ, ਅਤੇ ਸੰਸਕਾਰ ਬਣਨ ਦੇ ਕਾਰਨ ਮਿਹਨਤ ਨਹੀਂ ਕਰਨੀ ਪੈਂਦੀ, ਛੱਡਣਾ ਵੀ ਚਾਹੁੰਦੇ ਹੈ ਚੰਗਾ ਨਹੀਂ ਲੱਗਦਾ ਹੈ, ਫਿਰ ਵੀ ਕਹਿੰਦੇ ਹੈ ਕਿ ਕੀ ਕਰੀਏ, ਮੇਰਾ ਸੰਸਕਾਰ ਹੀ ਅਜਿਹਾ ਹੈ। ਤੁਸੀਂ ਬੁਰਾ ਨਾ ਮੰਨਣਾ, ਮੇਰਾ ਸੰਸਕਾਰ ਹੀ ਅਜਿਹਾ ਹੈ। ਸੰਸਕਾਰ ਬਣਿਆ ਕਿਵੇਂ? ਬਣਾਇਆ ਤਾਂ ਹੀ ਤੇ ਬਣਿਆ ਨਾ, ਤਾਂ ਜਦੋਂ ਦੁਆਪਰ ਤੋਂ ਇਹ ਬਾਬਾ ਆਖਦੇ ਨੇ, ਜਦੋਂ ਦੁਆਪਰ ਤੋਂ ਇਹ ਉਲਟੇ ਸੰਸਕਾਰ ਬਣ ਗਏ, ਜਿਸ ਨਾਲ ਤੁਸੀਂ ਸਮੇਂ ਦੇ ਮਜਬੂਰ ਵੀ ਹੁੰਦੇ ਹੋ, ਫਿਰ ਵੀ ਕਹਿੰਦੇ ਹੋ ਕਿ ਕਰੀਏ ਕੀ ਕਰੀਏ, ਸੰਸਕਾਰ ਹੈ, ਤਾਂ ਸੰਸਕਾਰ ਸਹਿਜ ਨਾ ਚਾਹੁੰਦੇ ਹੋਏ ਵੀ ਪ੍ਰੈਕਟੀਕਲ ਵਿੱਚ ਆ ਜਾਂਦੇ ਹੈ ਨਾ। ਕਿਸੇ ਨੂੰ ਕ੍ਰੋਧ ਆ ਜਾਂਦਾ ਹੈ, ਥੋੜ੍ਹੇ ਸਮੇਂ ਤੋਂ ਬਾਅਦ ਕਹਿੰਦੇ ਹੈ ਤੁਸੀਂ ਬੁਰਾ ਨਾ ਮੰਨਣਾ, ਮੇਰਾ ਸੰਸਕਾਰ ਹੈ। ਕ੍ਰੋਧ ਨੂੰ ਸੰਸਕਾਰ ਬਣਾਇਆ, ਅਵਗੁਣ ਨੂੰ ਸੰਸਕਾਰ ਬਣਾਇਆ, ਅਤੇ ਗੁਣਾਂ ਨੂੰ ਸੰਸਕਾਰ ਕਿਉਂ ਨਹੀਂ ਬਣਾਇਆ ਹੈ? ਜਿਵੇਂ ਕ੍ਰੋਧ ਅਗਿਆਨ ਦੀ ਸ਼ਕਤੀ ਹੈ, ਅਤੇ ਗਿਆਨ ਦੀ ਸ਼ਕਤੀ ਸ਼ਾਂਤੀ ਹੈ, ਸਹਿਣ ਸ਼ਕਤੀ ਹੈ, ਤਾਂ ਅਗਿਆਨ ਦੀ ਸ਼ਕਤੀ ਕ੍ਰੋਧ ਨੂੰ ਬੜੀ ਚੰਗੀ ਤਰ੍ਹਾਂ ਨਾਲ ਸੰਸਕਾਰ ਬਣਾ ਲਿਆ ਹੈ, ਅਤੇ ਯੂਜ਼ ਵੀ ਕਰਦੇ ਰਹਿੰਦੇ ਹੈ, ਫਿਰ ਮਾਫ਼ੀ ਵੀ ਲੈਂਦੇ ਰਹਿੰਦੇ ਹੈ, ਮਾਫ਼ ਕਰ ਦੇਣਾ ਅੱਗੋਂ ਤੋਂ ਨਹੀਂ ਹੋਵੇਗਾ, ਅਤੇ ਅੱਗੇ ਹੋਰ ਜ਼ਿਆਦਾ ਹੁੰਦਾ ਹੈ ਕਾਰਨ, ਕਿਉਂਕਿ ਸੰਸਕਾਰ ਬਣਾ ਦਿੱਤਾ ਹੈ। ਤਾਂ ਬਾਪ ਦਾਦਾ ਇੱਕ ਹੀ ਗੱਲ ਬੱਚਿਆਂ ਨੂੰ ਬਾਰ ਬਾਰ ਸੁਣਾਉਂਦੇ ਹੈ ਕਿ ਹੁਣ ਹਰ ਗੁਣ ਨੂੰ, ਹਰ ਗਿਆਨ ਦੀ ਗੱਲ ਨੂੰ ਸੰਸਕਾਰ ਰੂਪ ਵਿੱਚ ਬਣਾਓ। ਬ੍ਰਾਹਮਣ ਆਤਮਾ ਦੇ ਨਿੱਜੀ ਸੰਸਕਾਰ ਕਿਹੜੇ ਹੈ? ਕ੍ਰੋਧ ਜਾਂ ਸਹਿਣ ਸ਼ਕਤੀ ਕਿਹੜਾ ਹੈ? ਸਹਿਣ ਸ਼ਕਤੀ, ਸ਼ਾਂਤੀ ਦੀ ਸ਼ਕਤੀ ਇਹ ਹੈ ਨਾ, ਤਾਂ ਅਵਗੁਣਾਂ ਨੂੰ ਤੇ ਸਹਿਜ ਹੀ ਸੰਸਕਾਰ ਬਣਾ ਦਿੰਦੇ, ਕੁੱਟ ਕੁੱਟ ਕੇ ਅੰਦਰ ਪਾ ਦਿੱਤਾ ਹੈ।
ਜੋ ਚਾਹੁੰਦੇ ਵੀ ਨਿਕਲਦਾ ਰਹਿੰਦਾ ਹੈ। ਇਵੇਂ ਹਰ ਗੁਣ ਨੂੰ ਅੰਦਰ ਕੁੱਟ ਕੁੱਟ ਕੇ ਸੰਸਕਾਰ ਬਣਾਓ। ਮੇਰਾ ਨਿੱਜੀ ਸੰਸਕਾਰ ਕਿਹੜਾ ਹੈ ਇਹ ਸਦਾ ਯਾਦ ਰੱਖੋ। ਉਹ ਤਾਂ ਰਾਵਣ ਦੀ ਜਾਇਦਾਦ ਸੰਸਕਾਰ ਬਣਾ ਦਿੱਤਾ, ਪਰਾਏ ਮਾਲ ਨੂੰ ਆਪਣਾ ਬਣਾ ਲਿਆ। ਹੁਣ ਬਾਪ ਦੇ ਖਜ਼ਾਨੇ ਨੂੰ ਆਪਣਾ ਬਣਾਓ। ਰਾਵਣ ਦੀ ਚੀਜ਼ ਨੂੰ ਸੰਭਾਲ ਕੇ ਰੱਖਿਆ ਹੈ ਅਤੇ ਬਾਪ ਦੀ ਚੀਜ਼ ਨੂੰ ਗੁੰਮ ਕਰ ਦਿੱਤਾ ਹੈ। ਕਿਉਂ? ਰਾਵਣ ਨਾਲ ਪਿਆਰ ਹੈ, ਰਾਵਣ ਚੰਗਾ ਲੱਗਦਾ ਹੈ ਜਾਂ ਬਾਪ ਚੰਗਾ ਲੱਗਦਾ ਹੈ? ਕਹਿਣਗੇ ਤਾਂ ਸਾਰੇ ਬਾਪ ਚੰਗਾ ਲੱਗਦਾ ਹੈ। ਇਹ ਵੀ ਮਨ ਤੋਂ ਕਹਿ ਰਹੇ ਹੋ ਨਾ, ਲੇਕਿਨ ਜੋ ਚੰਗਾ ਲੱਗਦਾ ਹੈ ਉਸ ਦੀ ਗੱਲ ਨਿਸ਼ਚੈ ਹੀ ਸਿਆਣੀ ਨਾਲ ਸਿਆਹੀ ਨਾਲ ਦਿਲ ਵਿੱਚ ਸਮਾ ਜਾਂਦੀ ਹੈ। ਜਦੋਂ ਕੋਈ ਰਾਵਣ ਦੇ ਸੰਸਕਾਰਾਂ ਦੇ ਵਸ਼ ਹੁੰਦੇ ਹੈ ਤਾਂ ਫਿਰ ਵੀ ਕਹਿੰਦੇ ਰਹਿੰਦੇ ਹੈ, ਬਾਬਾ ਤੁਹਾਡੇ ਨਾਲ ਮੇਰਾ ਬਹੁਤ ਪਿਆਰ ਹੈ, ਬਹੁਤ ਪਿਆਰ ਹੈ। ਬਾਬਾ ਪੁੱਛਦੇ ਆ ਕਿੰਨਾ ਪਿਆਰ ਹੈ, ਤਾਂ ਕਹਿੰਦੇ ਆ ਆਕਾਸ਼ ਤੋਂ ਵੀ ਜ਼ਿਆਦਾ। ਬਾਪ ਸੁਣ ਕੇ ਖੁਸ਼ ਵੀ ਹੁੰਦੇ ਹੈ ਕਿ ਕਿੰਨੇ ਭੋਲੇ ਬੱਚੇ ਹੈ, ਫਿਰ ਵੀ ਬਾਪ ਕਹਿੰਦੇ ਹੈ, ਬਾਪ ਦਾ ਸਾਰੇ ਬੱਚਿਆਂ ਨਾਲ ਵਾਇਦਾ ਹੈ ਕਿ ਦਿਲ ਤੋਂ ਜੇਕਰ ਇੱਕ ਵਾਰ ਵੀ ਮੇਰਾ ਬਾਬਾ ਬੋਲ ਦਿੱਤਾ ਫਿਰ ਭਾਵੇਂ ਵਿੱਚ ਵੀ ਭੁੱਲ ਜਾਂਦੇ ਹੋ, ਲੇਕਿਨ ਇੱਕ ਵਾਰੀ ਵੀ ਦਿਲ ਤੋਂ ਬੋਲਿਆ ਮੇਰਾ ਬਾਬਾ। ਤਾਂ ਬਾਬਾ ਵੀ ਕਹਿੰਦੇ ਹੈ, ਜੋ ਵੀ ਹੈ ਜਿਵੇਂ ਦੇ ਵੀ ਹੋ ਮੇਰੇ ਹੀ ਹੋ, ਲੈ ਤੇ ਜਾਣਾ ਹੀ ਹੈ। ਸਿਰਫ ਬਾਪ ਚਾਹੁੰਦੇ ਹੈ ਕਿ ਬਰਾਤੀ ਬਣ ਕੇ ਨਹੀਂ ਚੱਲਣਾ, ਸੱਜਣੀ ਬਣ ਕੇ ਚੱਲਣਾ। ਸੁਣ ਕੇ ਤਾਂ ਸਾਰੇ ਵੀ ਬਹੁਤ ਖੁਸ਼ ਹੋ ਰਹੇ ਹੈ, ਆਪਣੇ ਉੱਤੇ ਹੱਸੀ ਵੀ ਆ ਰਹੀ ਹੈ। ਹੁਣ ਸੁਣਨ ਦੇ ਸਮੇਂ ਆਪਣੇ ਉੱਪਰ ਹੱਸਦੇ ਹੋ ਨਾ, ਆਪਣੇ ਉੱਪਰ ਹੱਸੀ ਆਉਂਦੀ ਹੈ ਅਤੇ ਜਦੋਂ ਜੋਸ਼ ਕਰਦੇ ਹੋ ਤਾਂ ਲਾਲ ਪੀਲੇ ਹੋ ਜਾਂਦੇ ਹੋ। ਲੇਕਿਨ ਬਾਪ ਨੇ ਰਿਜ਼ਲਟ ਵਿੱਚ ਵੇਖਿਆ ਕਿ ਬੱਚਿਆਂ ਵਿੱਚ ਇੱਕ ਵਿਸ਼ੇਸ਼ਤਾ ਬਹੁਤ ਚੰਗੀ ਹੈ। ਕਿਹੜੀ? ਪਵਿੱਤਰਤਾ ਵਿੱਚ ਰਹਿਣਾ। ਇਸ ਦੇ ਲਈ ਕਿੰਨਾ ਵੀ ਸਹਿਣ ਕਰਨਾ ਪਿਆ ਹੈ, ਕਿੰਨਾ ਵੀ ਓਪੋਜੀਸ਼ਨ ਕਰਨ ਵਾਲੇ ਸਾਹਮਣੇ ਆਏ, ਲੇਕਿਨ ਇਸ ਗੱਲ ਵਿੱਚ 75% ਚੰਗੇ ਹੈ। ਕੋਈ ਕੋਈ ਗਪੋੜਾ ਵੀ ਲਗਾਉਂਦੇ ਹੈ, ਲੇਕਿਨ ਫਿਰ ਵੀ 75% ਨੇ ਇਸ ਗੱਲ ਵਿੱਚ ਪਾਸ ਹੋ ਕੇ ਵਿਖਾਇਆ ਹੈ। ਹੁਣ ਉਸ ਦੇ ਬਾਅਦ ਦੂਜਾ ਸਬਜੈਕਟ ਕਿਹੜਾ ਆਉਂਦਾ ਹੈ? ਕ੍ਰੋਧ ਦੇ ਭਾਂਤ ਦਾ ਟੋਟਲ ਹੈ ਹੀ, ਲੇਕਿਨ ਵੇਖਿਆ ਗਿਆ ਹੈ ਕਿ ਕ੍ਰੋਧ ਦੀ ਸਬਜੈਕਟ ਵਿੱਚ ਬਹੁਤ ਘੱਟ ਪਾਸ ਹੈ। ਇਵੇਂ ਸਮਝਦੇ ਹੈ ਕਿ ਜਿਵੇਂ ਕ੍ਰੋਧ ਕੋਈ ਵਿਕਾਰ ਨਹੀਂ ਹੈ, ਇਹ ਸ਼ਾਸਤਰ ਹੈ, ਵਿਕਾਰ ਨਹੀਂ ਹੈ। ਲੇਕਿਨ ਕ੍ਰੋਧ ਗਿਆਨੀ ਤੋਂ ਆਤਮਾ ਦੇ ਲਈ ਮਹਾਂਸ਼ਤਰੂ ਹੈ, ਕਿਉਂਕਿ ਕ੍ਰੋਧ ਅਨੇਕ ਆਤਮਾ ਦੇ ਸੰਬੰਧ ਸੰਪਰਕ ਵਿੱਚ ਆਉਣ 'ਤੇ ਪ੍ਰਸਿੱਧ ਹੋ ਜਾਂਦਾ ਹੈ ਅਤੇ ਕ੍ਰੋਧ ਨੂੰ ਵੇਖ ਕਰਕੇ ਬਾਪ ਦੇ ਨਾਮ ਦੀ ਬਹੁਤ ਗਲਾਨੀ ਹੁੰਦੀ ਹੈ। ਕਹਿਣ ਵਾਲੇ ਇਹ ਵੀ ਕਹਿੰਦੇ ਹੈ, ਵੇਖ ਲਿਆ ਗਿਆਨੀ ਤੋਂ ਆਤਮਾ ਬੱਚਿਆਂ ਨੂੰ, ਕ੍ਰੋਧ 'ਤੇ ਬਹੁਤ ਰੂਪ ਹੈ। ਇੱਕ ਤਾਂ ਮਹਾਨ ਰੂਪ ਤੁਸੀਂ ਚੰਗੀ ਤਰ੍ਹਾਂ ਨਾਲ ਜਾਣਦੇ ਹੋ, ਵਿਖਾਈ ਦਿੰਦਾ ਹੈ, ਇਹ ਕ੍ਰੋਧ ਕਰ ਰਿਹਾ ਹੈ। ਦੂਸਰਾ ਸੂਕਸ਼ਮ ਸਵਰੂਪ ਅੰਦਰ ਵਿੱਚ ਈਰਖਾ, ਦਵੇਸ਼, ਘਿਰਣਾ ਆਦਿ ਹੁੰਦੀ ਹੈ। ਇਸ ਸਵਰੂਪ ਵਿੱਚ ਜ਼ੋਰ ਨਾਲ ਬੋਲਣਾ ਜਾਂ ਬਾਹਰ ਤੋਂ ਕੋਈ ਰੂਪ ਨਹੀਂ ਵਿਖਾਈ ਦਿੰਦਾ ਹੈ, ਲੇਕਿਨ ਜਿਵੇਂ ਬਾਹਰ ਕ੍ਰੋਧ ਹੁੰਦਾ ਹੈ ਤਾਂ ਕ੍ਰੋਧ ਅਗਨੀ ਰੂਪ ਹੈ ਨਾ, ਉਹ ਅੰਦਰ ਖੁਦ ਹੀ ਵੀ ਸੜਦਾ ਰਹਿੰਦਾ ਹੈ ਅਤੇ ਦੂਜਿਆਂ ਨੂੰ ਵੀ ਸੜਦਾ ਰਹਿੰਦਾ ਹੈ। ਇਵੇਂ ਈਰਖਾ, ਦਵੇਸ਼, ਘਿਰਣਾ ਇਹ ਜਿਸ ਵਿੱਚ ਹੈ ਉਹ ਇਸ ਅਗਨੀ ਵਿੱਚ ਅੰਦਰ ਹੀ ਅੰਦਰ ਸੜਦੇ ਰਹਿੰਦੇ ਹੈ। ਬਾਹਰ ਤੋਂ ਲਾਲ ਪੀਲੇ ਨਹੀਂ ਹੁੰਦੇ, ਲਾਲ ਪੀਲਾ ਫਿਰ ਵੀ ਠੀਕ ਹੈ, ਲੇਕਿਨ ਉਹ ਕਾਲਾ ਹੁੰਦਾ ਹੈ। ਤੀਸਰਾ ਕ੍ਰੋਧ ਦੀ ਚਤੁਰਾਈ ਦਾ ਰੂਪ ਵੀ ਹੈ, ਉਹ ਕੀ ਹੈ? ਕਹਿਣ ਵਿੱਚ ਸਮਝਣ ਵਿੱਚ ਇਵੇਂ ਸਮਝਦੇ ਹੈ ਜਾਂ ਕਹਿੰਦੇ ਹੈ ਕਿ ਕਿਤੇ ਕਿਤੇ ਸੀਰੀਅਸ ਹੋਣਾ ਹੀ ਪੈਂਦਾ ਹੈ, ਕਿਤੇ ਕਿਤੇ ਲਾਅ ਉਠਾਉਣਾ ਹੀ ਪੈਂਦਾ ਹੈ ਕਲਿਆਣ ਦੇ ਲਈ। ਹੁਣ ਕਲਿਆਣ ਹੈ ਜਾਂ ਨਹੀਂ ਉਹ ਆਪਣੇ ਤੋਂ ਪੁੱਛੋ। ਬਾਪ ਦਾਦਾ ਨੇ ਕਿਸੇ ਨੂੰ ਵੀ ਆਪਣੇ ਹੱਥ ਵਿੱਚ ਲੋ ਮਾਨਾ ਕਾਨੂੰਨ ਉਠਾਉਣ ਦੀ ਛੁੱਟੀ ਨਹੀਂ ਦਿੱਤੀ ਹੈ।
ਕਿ ਕਿਸੇ ਮੁਰਲੇ ਵਿੱਚ ਕਿਹਾ ਹੈ ਕਿ ਭਾਵੇਂ ਲਾਹ ਉਠਾਓ ਕ੍ਰੋਧ ਨਹੀਂ ਕਰੋ। ਲੋਹ ਉਠਾਉਣਾ ਵਾਲੇ ਦੇ ਅੰਦਰ ਦਾ ਰੂਪ ਉਹੀ ਕ੍ਰੋਧ ਦਾ ਅੰਸ਼ ਹੁੰਦਾ ਹੈ। ਜੋ ਨਵੇਂ ਤਾਤਮਾਵਾਂ ਹੈ ਉਹ ਵੀ ਲਾਹ ਉਠਾਉਂਦੇ ਨਹੀਂ ਹੈ, ਲੇਕਿਨ ਉਹਨਾਂ ਨੂੰ ਲਾਹ ਰਿਵਾਈਜ਼ ਕਰਾਉਣਾ ਪੈਂਦਾ ਹੈ। ਲੋਅ ਵੀ ਨਹੀਂ ਉਠਾ ਸਕਦੇ ਲੇਕਿਨ ਨਮਿਤ ਹੈ ਤਾਂ ਬਾਪ ਦਵਰ ਹੈ। ਬਣਾਏ ਹੋਏ ਲੋਅ ਨੂੰ ਰਿਵਾਈਜ਼ ਕਰਨਾ ਪੈਂਦਾ ਹੈ। ਨਵੇਂ ਤਬਣ ਵਾਲੀਆਂ ਨੂੰ ਇਤਨੀ ਛੁੱਟੀ ਹੈ, ਸਭ ਨੂੰ ਨਹੀਂ। ਅੱਜ ਬਾਪ ਦਾਦਾ ਥੋੜ੍ਹਾ ਆਫਿਸ਼ੀਅਲ ਸਿੱਖਿਆ ਦੇ ਰਹੇ ਹੈ ਪਿਆਰ ਨਾਲ ਉਠਾਉਣਾ, ਕਿਉਂਕਿ ਬਾਪ ਦਾਦਾ ਬੱਚਿਆਂ 'ਤੇ ਲਿਖੇ ਹੋਏ ਕੀਤੇ ਹੋਏ ਵਾਅਦੇ ਵੇਖ ਕੇ ਸੁਣ ਕੇ ਮੁਸਕਰਾਉਂਦੇ ਰਹਿੰਦੇ ਹੈ। ਹੁਣ ਬਾਪ ਦਾਦਾ ਨੇ ਜੋ ਸੁਣਾਇਆ ਕਿ ਹਰ ਗੁਣ ਨੂੰ ਨਿੱਜੀ ਸੰਸਕਾਰ ਬਣਾਓ, ਅੰਡਰਲਾਈਨ ਕੀਤਾ, ਤਾਂ ਹੁਣ ਤੋਂ ਇਹ ਕਹਿਣਾ ਕਿ ਸ਼ਾਂਤ ਸਵਰੂਪ ਵਿੱਚ ਰਹਿਣਾ, ਸਹਿਨਸ਼ੀਲ ਬਣਨਾ, ਇਹ ਤਾਂ ਮੇਰਾ ਸੰਸਕਾਰ ਬਣ ਗਿਆ ਹੈ। ਫਿਰ ਬਾਪ ਦਾਦਾ ਜਦ ਮਿਲਣ ਮਨਾਉਣ ਆਉਣਾ ਤਾਂ ਇਸ ਨੂੰ ਆਪਣਾ ਨਿੱਜੀ ਸੰਸਕਾਰ ਬਣਾ ਕੇ ਬਾਪ ਦਾਦਾ ਦੇ ਅੱਗੇ 5-6 ਮਹੀਨੇ ਵਿੱਚ ਵਿਖਾਉਣਾ। ਇਸ ਲਈ ਅੱਜ ਰਿਜ਼ਲਟ ਸੁਣਾ ਰਹੇ ਹੈ। ਕ੍ਰੋਧ ਦੀ ਰਿਜ਼ਲਟ ਬਹੁਤ ਆਉਂਦੀ ਹੈ। ਛੋਟਾ ਵੱਡਾ ਵੱਖ ਵੱਖ ਰੂਪ ਵਿੱਚ ਕ੍ਰੋਧ ਕਰਦੇ ਹੈ। ਹੁਣ ਬਾਪ ਦਾਦਾ ਜ਼ਿਆਦਾ ਨਹੀਂ ਖੋਲ੍ਹਦੇ ਹੈ, ਲੇਕਿਨ ਕਹਾਣੀਆਂ ਬਹੁਤ ਮਜ਼ੇ ਦੀਆਂ ਹੈ। ਇਸ ਲਈ ਅੱਜ ਤੋਂ ਕ੍ਰੋਧ ਨੂੰ ਕੀ ਕਰੋਗੇ, ਵਿਦਾਈ ਦੋਗੇ? ਸਭ ਨੇ ਤਾਲੀ ਵਜਾਈ। ਦੇਖੋ, ਤਾਲੀ ਵਜਾਉਣਾ ਬਹੁਤ ਸੌਖਾ ਹੈ, ਲੇਕਿਨ ਕ੍ਰੋਧ ਦੀ ਤਾਲੀ ਨਹੀਂ ਵੱਜੇ ਬਾਪ ਦਾਦਾ ਹੁਣ ਇਹ ਵਾਰ-ਵਾਰ ਸੁਣਾਉਣਾ ਨਹੀਂ ਚਾਹੁੰਦੇ ਹੈ। ਫਿਰ ਵੀ ਰਹਿਮ ਪੈਂਦਾ ਹੈ ਤਾਂ ਹੁਣ ਤੋਂ ਇਹ ਨਹੀਂ ਕਹਿਣਾ ਕਿ ਬਾਬਾ ਵਾਅਦਾ ਤਾਂ ਕੀਤਾ ਲੇਕਿਨ ਫਿਰ ਆ ਗਿਆ, ਕੀ ਕਰੀਏ, ਚਾਹੁੰਦੇ ਨਹੀਂ ਹਾਂ ਆ ਜਾਂਦਾ ਹੈ। ਤੁਸੀਂ ਹੀ ਮਾਇਆ ਨੂੰ ਸਮਝਾ ਦਿਓ, ਕ੍ਰੋਧ ਨੂੰ ਸਮਝਾ ਦਿਓ, ਤਾਂ ਉਹ ਪੁਰਸ਼ਾਰਥ ਵੀ ਬਾਪ ਕਰੇ ਅਤੇ ਪ੍ਰਲਬਧ ਬੱਚੇ ਲੈਣਗੇ। ਇਹ ਵੀ ਮਿਹਨਤ ਬਾਪ ਕਰੇ ਤਾਂ ਅਜਿਹਾ ਵਾਅਦਾ ਨਹੀਂ ਕਰਨਾ ਜੋ ਫਿਰ 5 ਮਹੀਨੇ ਦੇ ਬਾਅਦ ਰਿਜ਼ਲਟ ਵੇਖਣ। ਭਾਵੇਂ ਤੁਸੀਂ ਦੱਸੋ ਜਾਂ ਨਹੀਂ ਦੱਸੋ, ਬਾਪ ਦੇ ਕੋਲ ਤੇ ਪਹੁੰਚਦੀ ਹੈ। ਅਜਿਹੀ ਰਿਜ਼ਲਟ ਨਾ ਹੋਵੇ, ਕੀ ਕਰੀਏ, ਹੋ ਜਾਂਦਾ ਹੈ। ਸਰਕਮਸਟਾਂਸਿਸ ਅਜਿਹੇ ਆਉਂਦੇ ਹੈ। ਗੱਲ ਬਹੁਤ ਵੱਡੀ ਹੋ ਗਈ ਹੈ ਨਾ, ਬਾਪ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹੈ, ਬੜੇ ਹੁਸ਼ਿਆਰ ਹੈ। ਕਹਿੰਦੇ ਹੈ, ਬਾਬਾ ਛੋਟੀ ਮੋਟੀ ਗੱਲਾਂ ਅਸੀਂ ਪਾਰ ਕਰ ਲੈਂਦੇ ਹਾਂ, ਇਹ ਗੱਲ ਹੀ ਵੱਡੀ ਸੀ ਨਾ, ਹੁਣ ਦੋਸ਼ ਕਿਸ 'ਤੇ ਰੱਖੀਏ, ਗੱਲ 'ਤੇ? ਅਤੇ ਗੱਲ ਕੀ ਕਰਦੀ ਹੈ, ਆਈ ਅਤੇ ਗਈ। 5000 ਵਰ੍ਹੇ ਤੋਂ ਬਾਅਦ ਫਿਰ ਗੱਲ ਆਵੇਗੀ। ਜੋ 5000 ਵਰ੍ਹੇ ਤੋਂ ਬਾਅਦ ਆਉਣੀ ਹੈ ਉਸ 'ਤੇ ਦੋਸ਼ ਰੱਖ ਦਿੰਦੇ ਹੈ। ਇਵੇਂ ਨਹੀਂ ਕਰਨਾ, ਕੀ ਕਰਾਂ, ਇਹ ਸੰਕਲਪ ਵਿੱਚ ਵੀ ਨਹੀਂ ਲਿਆਉਣਾ। ਬਾਪ ਦਾਦਾ ਕ੍ਰੋਧ ਦੇ ਲਈ ਕਿਉਂ ਵਿਸ਼ੇਸ਼ ਕਹਿ ਰਹੇ ਹੈ? ਕਿਉਂਕਿ ਜੇਕਰ ਕ੍ਰੋਧ ਨੂੰ ਤੁਸੀਂ ਵਿਦਾਈ ਦੇ ਦਿੰਦੇ ਹੈ ਤਾਂ ਉਸ ਵਿੱਚ ਲੋਭ, ਇੱਛਾ ਸਭ ਆ ਜਾਂਦਾ ਹੈ, ਇੱਛਾਵਾਂ ਸਭ ਆ ਜਾਂਦੀ ਹੈ। ਲੋਭ ਸਿਰਫ ਪੈਸਾ ਅਤੇ ਖਾਣ ਦਾ ਨਹੀਂ ਹੁੰਦਾ, ਵੱਖ ਵੱਖ ਤਰ੍ਹਾਂ ਦੀ, ਭਾਵੇਂ ਗਿਆਨ ਦੀ ਭਾਵੇਂ ਅਗਿਆਨ ਦੀ ਕੋਈ ਵੀ ਇੱਛਾ, ਇਹ ਵੀ ਲੋਭ ਹੈ। ਤਾਂ ਕ੍ਰੋਧ ਨੂੰ ਖਤਮ ਕਰਨ ਨਾਲ ਲੋਭ ਆਪੇ ਹੀ ਖਤਮ ਹੁੰਦਾ ਜਾਵੇਗਾ, ਹੰਕਾਰ ਵੀ ਖਤਮ ਹੋ ਜਾਵੇਗਾ। ਅਭਿਮਾਨ ਆਉਂਦਾ ਹੈ ਨਾ, ਮੈਂ ਵੱਡਾ ਹਾਂ, ਮੈਂ ਸਮਝਦਾਰ ਹਾਂ, ਮੈਂ ਜਾਣਦਾ ਹਾਂ, ਇਹ ਕੀ ਆਪਣੇ ਨੂੰ ਸਮਝਦੇ ਹੈ, ਤਾਂ ਕ੍ਰੋਧ ਆਉਂਦਾ ਹੈ। ਤਾਂ ਅਭਿਮਾਨ ਅਤੇ ਲੋਭ ਇਹ ਵੀ ਨਾਲ ਨਾਲ ਵਿਦਾਈ ਲੈ ਲੈਣਗੇ। ਇਸ ਲਈ ਬਾਪ ਦਾਦਾ ਵਿਸ਼ੇਸ਼ ਲੋਭ ਦੇ ਲਈ ਨਾ ਕਹਿ ਕਰਕੇ ਕ੍ਰੋਧ ਨੂੰ ਅੰਡਰਲਾਈਨ ਕਰਾ ਰਹੇ ਹੈ। ਤਾਂ ਸੰਸਕਾਰ ਬਣਾਓਗੇ, ਹੁਣ ਸਭ ਹੱਥ ਉਠਾਓ ਅਤੇ ਸਭ ਦਾ ਫੋਟੋ ਨਿਕਾਲੋ। ਸਭ ਨੇ ਹੱਥ ਉਠਾਇਆ, ਹੁਣ ਥੋੜ੍ਹੀ ਜਿਹੀ ਮੁਬਾਰਕ ਦਿੰਦੇ ਹਾਂ, ਬਹੁਤ ਨਹੀਂ। ਅਤੇ ਜਦੋਂ ਫਿਰ ਤੋਂ ਰਿਜ਼ਲਟ ਵੇਖੋਗੇ, ਫਿਰ ਬਤਨ ਦੇ ਦੇਵਤਾ ਵੀ, ਸਵਰਗ ਦੇ ਦੇਵਤਾ ਵੀ
ਤੁਹਾਡੇ ਉੱਪਰ ਵਾਹ ਵਾਹ ਦੇ ਫੁੱਲ ਵਰਸਾਉਣਗੇ। ਅੱਜ ਤੋਂ ਹਰੇਕ ਆਪਣੇ ਵਿੱਚ ਦੇਖੋ, ਦੂਜੇ ਨੂੰ ਨਹੀਂ ਦੇਖੋ। ਦੂਜੇ ਦੀਆਂ ਇਹ ਗੱਲਾਂ ਵੇਖਣ ਦੇ ਲਈ ਮਨ ਦੀ ਅੱਖਾਂ ਬੰਦ ਕਰਨਾ, ਇਹ ਅੱਖਾਂ ਤਾਂ ਬੰਦ ਕਰ ਨਹੀਂ ਸਕਦੇ ਤਾਂ ਨਾ, ਲੇਕਿਨ ਮਨ ਦੀ ਅੱਖਾਂ ਬੰਦ ਕਰਨਾ ਤੀਸਰਾ ਕਰਦੇ ਹੈ ਜਾਂ ਦੂਸਰਾ ਕਰਦੇ ਹੈ ਜਾਂ ਤੀਸਰਾ ਕਰਦੇ ਹੈ, ਮੈਨੂੰ ਨਹੀਂ ਵੇਖਣਾ ਹੈ। ਬਾਪ ਉਤਨਾ ਹੈ ਵੀ ਫੋਰਸ ਦੇ ਕੇ ਕਹਿੰਦੇ ਹੈ ਕਿ ਜੇਕਰ ਕੋਈ ਵਿਰਲਾ ਮਹਾਰਥੀ ਵੀ ਕੋਈ ਅਜਿਹੀ ਕਮਜ਼ੋਰੀ ਕਰੇ ਤਾਂ ਵੀ ਦੇਖਣ ਦੇ ਲਈ ਅਤੇ ਸੁਣਨ ਦੇ ਲਈ ਮਨ ਨੂੰ ਅੰਤਰਮੁਖੀ ਬਣਾਉਣਾ। ਹੱਸੀ ਦੀ ਗੱਲ ਸੁਣਾਇਆ ਬਾਪ ਦਾਦਾ ਅੱਜ ਥੋੜ੍ਹਾ ਸਪਸ਼ਟ ਸੁਣਾ ਰਹੇ ਹੈ, ਬੁਰਾ ਤਾਂ ਨਹੀਂ ਲੱਗਦਾ ਹੈ। ਅੱਛਾ, ਇੱਕ ਹੋਰ ਵੀ ਸਪਸ਼ਟ ਗੱਲ ਸੁਣਾਉਂਦੇ ਹੈ। ਬਾਪ ਦਾਦਾ ਨੇ ਵੇਖਿਆ ਕਿ ਮੈਜੋਰਿਟੀ ਸਮੇਂ ਪ੍ਰਤੀ ਸਮੇਂ ਸਦਾ ਨਹੀਂ, ਕਦੇ ਕਦੇ ਮਹਾਰਥੀਆਂ ਦੀ ਵਿਸ਼ੇਸ਼ਤਾ ਨੂੰ ਘੱਟ ਵੇਖਦੇ ਅਤੇ ਕਮਜ਼ੋਰੀਆਂ ਨੂੰ ਬਹੁਤ ਗਹਿਰਾਈ ਨਾਲ ਵੇਖਦੇ ਹੈ ਅਤੇ ਫਾਲੋ ਕਰਦੇ ਹੈ। ਇੱਕ ਦੂਜੇ ਨਾਲ ਵਰਣਨ ਵੀ ਕਰਦੇ ਹੈ ਕੀ ਹੈ, ਸਭ ਨੂੰ ਵੇਖ ਲਿਆ ਹੈ, ਮਹਾਰਥੀ ਵੀ ਕਰਦੇ ਹੈ। ਅਸੀਂ ਤਾਂ ਹਾਂ ਹੀ ਪਿੱਛੇ, ਹੁਣ ਮਹਾਰਥੀ ਜਦ ਬਦਲਣਗੇ ਨਾ ਤਾਂ ਅਸੀਂ ਬਦਲ ਜਾਵਾਂਗੇ। ਲੇਕਿਨ ਮਹਾਰਥੀ ਦੀ ਤਪੱਸਿਆ, ਮਹਾਰਥੀਆਂ ਦੇ ਬਹੁਤ ਕਾਲ ਦਾ ਪੁਰਸ਼ਾਰਥ, ਉਹਨਾਂ ਨੂੰ ਆਡੀਸ਼ਨ ਮਾਰਕਸ ਦਵਾ ਕੇ ਵੀ ਪਾਸ ਵਿਦ ਓਨਰ ਕਰ ਲੈਂਦੀ ਹੈ। ਤੁਸੀਂ ਇਸ ਇੰਤਜ਼ਾਰ ਵਿੱਚ ਰਹੋਗੇ ਕਿ ਮਹਾਰਥੀ ਬਦਲਣਗੇ ਤਾਂ ਬਦਲਣਗੇ, ਤਾਂ ਧੋਖਾ ਖਾ ਲਵੋਗੇ। ਇਸ ਲਈ ਮਨ ਨੂੰ ਅੰਤਰਮੁਖੀ ਬਣਾਓ। ਸਮਝਾ, ਇਹ ਵੀ ਬਾਪ ਦਾਦਾ ਬਹੁਤ ਸੁਣਾਉਂਦੇ ਹੈ, ਦੇਖ ਲਿਆ ਦੇਖ ਲਿਆ। ਸਾਡੀਆਂ ਵੀ ਤਾਂ ਅੱਖਾਂ ਹੈ ਨਾ, ਸਾਡੇ ਵੀ ਤਾਂ ਕੰਨ ਹੈ ਨਾ, ਅਸੀਂ ਵੀ ਬਹੁਤ ਸੁਣਦੇ ਹਾਂ। ਲੇਕਿਨ ਮਹਾਰਥੀਆਂ ਨਾਲ ਇਸ ਗੱਲ ਵਿੱਚ ਰੀਸ ਨਾ ਕਰਨਾ। ਅੱਛਾਈ ਦੀ ਰੇਸ ਕਰੋ, ਬੁਰਾਈ ਦੀ ਰੀਸ ਨਹੀਂ ਕਰੋ, ਨਹੀਂ ਤਾਂ ਧੋਖਾ ਖਾ ਲਵੋਗੇ। ਬਾਪ ਨੂੰ ਤਰਸ ਆਉਂਦਾ ਹੈ ਕਿ ਮਹਾਰਥੀਆਂ ਦਾ ਫਾਊਂਡੇਸ਼ਨ ਨਿਸ਼ਚੈ ਟੂਟ ਅਚਲ ਹੈ, ਬਾਬਾ ਆਖਦੇ ਨੇ। ਇਸ ਲਈ ਕਦੇ ਵੀ ਮਨ ਦੀ ਅੱਖ ਨੂੰ ਇਸ ਗੱਲ ਦੇ ਲਈ ਨਹੀਂ ਖੋਲ੍ਹਣਾ, ਬੰਦ ਰੱਖੋ। ਸੁਣਨ ਦੀ ਬਜਾਏ ਮਨ ਨੂੰ ਅੰਤਰਮੁਖੀ ਰੱਖੋ। ਸਮਝਾਂ, ਚਾਰੋਂ ਪਾਸੇ ਦੇ ਸਰਵ ਬਾਪ ਦਾਦਾ ਦੇ ਲਵਲੀਨ ਆਤਮਾਵਾਂ, ਸਰਵ ਬਾਪ ਦੇ ਸੇਵਾਧਾਰੀ ਆਤਮਾਵਾਂ, ਸਰਵ ਸਹਿਜ ਪੁਰਸ਼ਾਰਥ ਨੂੰ ਅਪਣਾਉਣ ਵਾਲੀਆਂ ਸ੍ਰੇਸ਼ਟ ਆਤਮਾਵਾਂ, ਸਦਾ ਬਾਪ ਸਮਾਨ ਬਣਨ ਦੇ ਲਕਸ਼ ਉਹ ਲਕਸ਼ਣ ਨੂੰ ਸਮਾਨ ਬਣਾਉਣ ਵਾਲੀਆਂ ਬਾਪ ਦੇ ਨੇੜੇ ਆਤਮਾਵਾਂ ਨੂੰ ਬਾਪ ਦਾਦਾ ਦਾ ਬਹੁਤ ਬਹੁਤ ਯਾਦ ਪਿਆਰ ਅਤੇ ਨਮਸਤੇ। ਅੱਜ ਦਾ ਵਰਦਾਨ ਹੈ, ਸਭ ਨੂੰ ਅਮਰ ਗਿਆਨ ਦੇ ਕੇ ਅਕਾਲੀ ਮ੍ਰਿਤਿਊ ਤੋਂ ਡਰ ਤੋਂ ਛੁਡਾਉਣ ਵਾਲੇ ਸ਼ਕਤੀਸ਼ਾਲੀ ਸੇਵਾਧਾਰੀ ਬਾਬਾ। ਸਭ ਨੂੰ ਅਮਰ ਗਿਆਨ ਦੇ ਕੇ ਅਕਾਲੀ ਮ੍ਰਿਤਿਊ ਤੇ ਡਰ ਤੋਂ ਛੁਡਾਉਣ ਵਾਲੇ ਸ਼ਕਤੀਸ਼ਾਲੀ ਸੇਵਾਧਾਰੀ ਬਾਬਾ। ਅੱਜ ਬਾਬਾ ਆਖਦੇ ਨੇ, ਦੁਨੀਆਂ ਵਿੱਚ ਅੱਜ ਕੱਲ੍ਹ ਅਕਾਲੀ ਮ੍ਰਿਤਿਊ ਦਾ ਵੀ ਡਰ ਹੈ, ਡਰ ਨਾਲ ਖਾ ਵੀ ਰਹੇ ਹੈ, ਜਲ ਵੀ ਰਹੇ ਹੈ, ਸੋ ਵੀ ਰਹੇ ਹੈ। ਅਜਿਹੀਆਂ ਆਤਮਾਵਾਂ ਨੂੰ ਖੁਸ਼ੀ ਦੀ ਗੱਲ ਸੁਣਾ ਕੇ ਡਰ ਤੋਂ ਛੁਡਾਓ। ਉਹਨਾਂ ਨੂੰ ਖੁਸ਼ਖਬਰੀ ਸੁਣਾਓ ਕਿ ਅਸੀਂ ਤੁਹਾਨੂੰ 21 ਜਨਮਾਂ ਦੇ ਲਈ ਅਕਾਲੀ ਮ੍ਰਿਤਿਊ ਤੋਂ ਬਚਾ ਸਕਦੇ ਹਾਂ। ਹਰ ਆਤਮਾ ਨੂੰ ਅਮਰ ਗਿਆਨ ਦੇ ਅਮਰ ਬਣਾਉਣ, ਜਿਸ ਨਾਲ ਉਹ ਜਨਮ ਜਨਮ ਦੇ ਲਈ ਅਕਾਲੀ ਮ੍ਰਿਤਿਊ ਤੋਂ ਬਚ ਜਾਣ, ਇਵੇਂ ਆਪਣੇ ਸ਼ਾਂਤੀ ਅਤੇ ਸੁੱਖ ਦੇ ਵਾਈਬ੍ਰੇਸ਼ਨ ਨਾਲ ਲੋਕਾਂ ਨੂੰ ਸੁੱਖ ਚੈਨ ਦੀ ਅਨੁਭੂਤੀ ਕਰਵਾਉਣ ਵਾਲੇ ਸ਼ਕਤੀਸ਼ਾਲੀ ਸੇਵਾਧਾਰੀ ਭਾਵ। ਸਲੋਗਨ ਹੈ ਅੱਜ ਦਾ, ਯਾਦ ਅਤੇ ਸੇਵਾ ਦੇ ਬੈਲੈਂਸ ਰੱਖਣ ਨਾਲ ਹੀ ਸਰਵ ਦੀਆਂ ਵਾਂ ਦੋਵਾਂ ਮਿਲਦੀਆਂ ਹੈ। ਯਾਦ ਅਤੇ ਸੇਵਾ ਦੇ ਬੈਲੈਂਸ ਰੱਖਣ ਨਾਲ ਹੀ ਸਰਵ ਦੀਆਂ ਦੋਵਾਂ ਮਿਲਦੀਆਂ ਹੈ। ਚੰਗਾ, ਓਮ ਸ਼ਾਂਤੀ।